हेलो स्टूडेंट्स, आई एम जीडीएस सोनी, डायरेक्टर ऑफ इंजीनियर्स करियर ग्रुप। मैं आज फिर तुम्हारे लिए एक नई वीडियो लेके आया हूं और इस वीडियो जो हर बार इस तरह की नई इंफॉर्मेशन हमें आज आया हैगा और इस वीडियो में गल कर रहा हैगा वो पीएसपीसीएल जेई का पेपर जेडे बच्चे ने दिता सीगा, जेडे बच्चे ने पीएसपीसीएल का पेपर जो है वो नवंबर मंथ में जो है वो अपीयर किया सीगा, उन्हां लई बहुत वड्डी न्यूज़ हैगी है कि पीएसपीसीएल ने अपनी जी आंसर की हैगी है और जी आंसर शीट्स है वो रिलीज़ करती हैगी है। बिल्कुल जी आंसर शीट है वो आ चुकी है और ये आंसर शीट तुसी अपने लॉगिन में जाके जो ऑब्जेक्टिव पेपर दिता सीगा इहदा जो लॉगिन में जाके हुण अपनी आंसर शीट डाउनलोड करके तुसी चेक कर सकते हैगे हो कि तुहाडे किन्ने मार्क्स जिहड़े ने इस टाइम ते बंदे हैगे ने। सो जिहड़े बच्चे ने पीएसपीसीएल जेई दा पेपर दिता सीगा तो तुहानू ध्यान च होएगा कि पीपीएसपीसीएल ने इस बार जो पेपर हैगा वो प्री एंड मेन्स विच कंडक्ट करवाना सीगा। सो जिहड़ा आंसर शीट हुण आई है जां जिहड़ा एग्जाम तुसी हुण दिता सीगा ये सिर्फ प्री दा एग्जाम सीगा। इस प्री दे एग्जाम विच ਜਿਹੜੀ ਆਪਾਂ ਗੱਲ ਕਰਾਂਗੇ ਤਾਂ ਜਿਹੜਾ ਮੈਂ ਪੇਪਰ ਦੇਖਿਆ ਜਿਹੜਾ ਮੈਂ ਐਨਾਲਿਸਿਸ ਕੱਢਿਆ ਹੈਗਾ ਅਗਰ ਤੁਹਾਡੇ ਜਿਹੜੇ ਮਾਰਕਸ ਹੈਗੇ ਨੇ ਉਹ 68 ਪਲੱਸ ਮਾਰਕਸ ਆ ਰਹੇ ਨੇ, ਅਗਰ ਤੁਸੀਂ ਆਪਣੇ ਮਾਰਕਸ ਜਿਹੜੇ ਹੈ ਕੈਲਕੂਲੇਟ ਕਰ ਲਓ ਜਦੋਂ ਤੁਸੀਂ ਆਨਸਰ ਸ਼ੀਟ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਉਹ ਦੱਸ ਦੇਗਾ ਕਿ ਤੁਹਾਡਾ ਕਿਹੜਾ ਕੁਐਸਚਨ ਗਲਤ ਹੈ ਕਿਹੜਾ ਕੁਐਸਚਨ ਸਹੀ ਹੈ। ਉਹਦੇ ਮਾਰਕਸ ਜੋ ਤੁਸੀਂ ਕੈਲਕੂਲੇਟ ਕਰ ਲਓਗੇ ਉਸ ਮਾਰਕਸ ਨੂੰ ਕੈਲਕੂਲੇਟ ਕਰਨ ਤੋਂ ਬਾਅਦ ਅਗਰ ਤੁਹਾਡੇ 68 ਜਾਂ ਉਸ ਤੋਂ ਜ਼ਿਆਦਾ ਮਾਰਕਸ ਬਣ ਰਹੇ ਨੇ, 68 ਦੀ ਜਿਹੜੀ ਬਾਉਂਡਰੀ ਲਾਈਨ ਹੈ, ਅਗਰ ਤੁਹਾਡੇ ਮਾਰਕਸ ਬਣ ਰਹੇ ਨੇ ਤਾਂ ਤੁਹਾਨੂੰ ਮੇਨਸ ਐਗਜ਼ਾਮ ਲਈ 100% ਜਿਹੜੀ ਹੈਗੀ ਹੈ ਉਹ ਕਾਲ ਆ ਜਾਏਗੀ। ਸੋ ਅਗਰ ਤੁਹਾਡੇ 68 ਜਾਂ ਉਸ ਤੋਂ ਜ਼ਿਆਦਾ ਮਾਰਕਸ ਬਣ ਰਹੇ ਨੇ ਤਾਂ ਤੁਸੀਂ ਮੇਨਸ ਦੀ ਪ੍ਰੈਪਰੇਸ਼ਨ ਆਪਣੀ ਕਰਨੀ ਸਟਾਰਟ ਕਰ ਦਿਓ, ਬਿਕੋਜ਼ ਤੁਹਾਨੂੰ ਪਤਾ ਇਸ ਵਾਰ ਜਿਹੜਾ ਐਗਜ਼ਾਮ ਹੈ ਪ੍ਰੀ ਐਂਡ ਮੇਨਸ ਕੰਡਕਟ ਹੋਣ ਵਾਲਾ ਹੈ। ਸੋ ਮੇਨਸ ਐਗਜ਼ਾਮ ਦਾ ਜਿਹੜਾ ਬੈਚ ਹੈਗਾ ਉਹ ਇੰਜੀਨੀਅਰਸ ਕਰੀਅਰ ਗਰੁੱਪ ਨੇ ਅਨਾਊਂਸ ਕਰਤਾ ਹੈਗਾ। ਮੇਨਸ ਬੈਚ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਸਾਡੇ ਹੈਲਪਲਾਈਨ ਨੰਬਰ 9855745442 ਤੇ ਜਾ ਕੇ ਪੂਰੀ ਦੀ ਪੂਰੀ ਜਾਣਕਾਰੀ ਮਿਲ ਜਾਏਗੀ। ਇੱਥੇ ਤੁਸੀਂ ਹੰਡਰਡਸ ਤੇ ਗੱਲ ਕਰਕੇ ਪੂਰੇ ਬੈਚ ਦੀ ਡਿਟੇਲ ਜਿਹੜੀ ਹੈ ਤੁਹਾਨੂੰ ਉੱਥੇ ਪੂਰੀ ਜਾਣਕਾਰੀ ਜਿਹੜੀ ਹੈ ਸ਼ੇਅਰ ਕਰ ਦਿੱਤੀ ਜਾਏਗੀ। ਸੋ ਜਿਹੜੇ ਵੀ ਬੱਚਿਆਂ ਨੇ ਪੀਐਸਪੀਸੀ ਜੇ ਦਾ ਐਗਜ਼ਾਮ ਦਿੱਤਾ ਸੀਗਾ ਹੁਣ ਦੇ ਹੁਣੇ ਆਪਣੇ ਮਾਰਕਸ ਚੈੱਕ ਕਰ ਲਓ, ਅਗਰ ਤੁਹਾਨੂੰ ਇੱਦਾਂ ਹੋ ਰਿਹਾ ਤੁਹਾਨੂੰ ਮਾਰਕਸ ਵੈਲਿਊ ਨਹੀਂ ਹੋ ਪਾ ਰਹੇ ਜਾਂ ਕੈਲਕੂਲੇਸ਼ਨ ਨਹੀਂ ਕਰਨੀਆਂ ਆ ਪਾ ਰਹੀਆਂ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਤੁਹਾਡੀ ਆਪਾਂ ਵਿੱਚ ਹੈਲਪ ਕਰ ਦਾਂਗੇ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਤੁਹਾਡਾ ਐਗਜ਼ਾਮ ਹੈ ਉਹ ਕੁਆਲੀਫਾਈ ਹੋਵੇ ਔਰ ਉਸ ਤੋਂ ਬਾਅਦ ਤੁਹਾਡੇ ਮੇਨਸ ਐਗਜ਼ਾਮ ਕਰਕੇ ਤੁਹਾਡੀ ਫਾਈਨਲ ਜਿਹੜਾ ਸਿਲੈਕਸ਼ਨ ਹੈ ਜਿਹੜਾ ਤੁਹਾਡਾ ਸੁਪਨਾ ਹੈਗਾ ਪੀਐਸਪੀਸੀ ਜੇਈ ਬਣਨ ਦਾ ਉਹ ਤੁਹਾਡਾ ਪੂਰਾ ਹੋਵੇ। ਇਹਦੇ ਲਈ ਇੰਜੀਨੀਅਰਸ ਕਰੀਅਰ ਗਰੁੱਪ ਹਮੇਸ਼ਾ ਤੁਹਾਡਾ ਖੜਾ ਹੈਗਾ, ਚਾਹੇ ਉਹ ਆਨਲਾਈਨ ਕਲਾਸਿਸ ਹੋਣ, ਕਲਾਸਰੂਮ ਕਲਾਸਿਸ ਹੋਣ, ਚਾਹੇ ਉਹ ਟੈਸਟ ਸੀਰੀਜ਼ ਹੋਵੇ, ਚਾਹੇ ਉਹ ਸਟੱਡੀ ਮਟੀਰੀਅਲ ਹੋਵੇ, ਹਰ ਤਰ੍ਹਾਂ ਨਾਲ ਤੁਹਾਨੂੰ ਜਿਹੜੀ ਕੁਆਲਿਟੀ ਐਜੂਕੇਸ਼ਨ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਸਾਡੇ ਨਾਲ ਜੁੜੇ ਰਹੋ, ਇੱਦਾਂ ਹੀ ਬਣੇ ਰਹੋ। ਫਰਦਰ ਕੋਈ ਵੀ ਜਾਣਕਾਰੀ ਲਈ ਸਾਡੇ ਹੈਲਪਲਾਈਨ ਨੰਬਰ 9855745442 ਨੂੰ ਜਾ ਕੇ ਹੁਣੇ ਪੂਰੀ ਪੂਰੀ ਜਾਣਕਾਰੀ ਜਿਹੜੀ ਹੈਗੀ ਮੇਨਸ ਬੈਚ ਤੁਸੀਂ ਲੈ ਸਕਦੇ ਹੋ। ਇਹ ਬੈਚ ਜਿਹੜਾ ਹੈ ਸਟਾਰਟ ਹੋਣ ਵਾਲਾ, ਜਲਦੀ ਜਲਦੀ ਨੂੰ ਜੁਆਇਨ ਕਰ ਲਓ। ਥੈਂਕ ਯੂ ਵੈਰੀ ਮਚ।